वाहेगुरु जी का खालसा, वाहेगुरु जी की फतेह। मैं गुरदीप सिंह खैड़ा, जो 25 साल 6 महीनों तो लगातार सिख कौम की आन ते शान वास्ते जो संघर्ष चल रहा है, उहदे विच सेवा करदिआं होइआं भारत सरकार दी वख वख जेलां विच बंद हाँ। दिल्ली की सेंटर जेल तिहाड़ विच भी रहा, उस तो बाद कर्नाटक की सेंटर जेल गुलबरगा दे विच सीगा। ते समूह संगतां दे जथेबंदियां दे संयोग नाल मेरा पंजाब की जेल विच जिहड़ा बदली होई, इत्थे आ के हुण मेरा परोल दा चारा कीता गया कि मैं छुट्टी ते जा के ते अपने माता पिता की कुछ देख रेख कर सकां। पर पहले छुट्टी जो लाई ही वह फिर साड़ी रिजैक्ट कर दिती गई। उस तों बाद फिर भाई बलबीर सिंह जी बैज जो सिख रिलीफ फंड वाले ने, उन्होंने भाई आर पी सिंह जी जो इंडिया के भारत के सिख रिलीफ फंड दे वाले दे मैंबर ने, वो भाई परमिंदर सिंह जी जो सिख रिलीफ फंड वाले दे मैंबर ने, जो कि करनाटक जनरल जेल गुलबरगा जाके साडियां मुलाकातां करते रहे आ, इन्होंने फिर प्रशासन के नाल गलबात करके जो जिन्हों का गृह मंत्रालय का जो मेन अफसर आ जिन्हों को ये अधिकार होंगे ने, उन्होंने गलबात करके तो साड़ी परोल फिर दोबारा चालू कराई जेल प्रशासन के थ्रू। सुपरडेंट जेल अमृतसर गुमटाला जेल के थ्रू तो कागजी कार्रवाई पूरी होने तो बाद फिर इन्हें सारी गलबात करके जो भी अफसर ने अफसरों यही जानते हैं, मैं तो जेल च बैठा मैं पता नहीं किहड़े किहड़े अफसर ने जो भी है ने, उन्होंने फिर सवाल किया भी तुम जिम्मेवारी चुक दे। इन्हें फिर भाई आर पी सिंह भाई परमिंदर सिंह हुण आख्या हाँ सिख रिलीफ फंड वालों अं जथेबंदी वालों जिम्मेवारी चुकते हैं, तो तुम उन्होंने छुट्टी तो रिलीज जरूर करो। इन्हें फिर जिम्मेवारी चुक के विश्वास दवाया भी भाई गुरदीप सिंह बाहर आ के कोई भी ਇਹੋ ਜਿਹਾ ਕੰਮ ਨਹੀਂ ਕਰੂਗਾ ਜਿਹਦੇ ਨਾਲ ਪ੍ਰਸ਼ਾਸਨ ਨੂੰ ਕੋਈ ਪਰੇਸ਼ਾਨੀ ਹੋਵੇ। ਤੋ ਅਸੀਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਦੇ ਰਾਹੀਂ ਸਾਨੂੰ ਜਿਹੜੀ 28 ਦਿਨ ਦੀ ਛੁੱਟੀ ਮਿਲੀ ਆ। ਹੋਰ ਵੀ ਜਿੰਨਾਂ ਜਥੇਬੰਦੀਆਂ ਨੇ ਹੋਰਨਾਂ ਨੇ ਸਾਡੀ ਹੈਲਪ ਕੀਤੀ ਆ, ਮਦਦ ਕੀਤੀ ਆ, ਜਾਂ ਭਾਈ ਜਸਬੀਰ ਸਿੰਘ ਰੋਡੇ ਆ ਉਹਨਾਂ ਨੇ ਵੀ ਸਾਨੂੰ ਮਤਲਬ ਹੈਲਪ ਕੀਤੀ ਆ, ਮਦਦ ਕੀਤੀ ਜਦੋਂ ਉਹਨਾਂ ਨਾਲ ਸੰਪਰਕ ਕੀਤਾ। ਹੋਰ ਵੀ ਵੰਗਾਰ ਦੇ ਰਾਹੀਂ ਵੀ ਕੁਝ ਸੱਜਣਾਂ ਸੰਗਤਾਂ ਨੇ ਗੁਰੂ ਕੇ ਪਿਆਰਿਆਂ ਨੇ ਮਦਦ ਕੀਤੀ ਆ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ। ਪਰ ਅਸੀਂ ਮੇਨ ਗੱਲ ਸੰਗਤਾਂ ਦੇ ਸਾਹਮਣੇ ਇਹ ਜ਼ਰੂਰ ਰੱਖਣੀ ਚਾਹੁੰਦੇ ਵੀ ਮੇਨ ਜੋ ਸਾਡੀ ਮਦਦ ਕੀਤੀ ਆ ਉਹ ਸਿੱਖ ਰਿਲੀਫ ਫੰਡ ਵਾਲੇ ਜਥੇਬੰਦੀ ਜੋ ਭਾਈ ਬਲਬੀਰ ਸਿੰਘ ਬੈਸ ਜੋ ਬਾਹਰ ਨੇ ਇੰਗਲੈਂਡ ਵਾਲੇ, ਇੱਧਰ ਭਾਈ ਆਰ ਪੀ ਸਿੰਘ ਔਰ ਭਾਈ ਪਰਮਿੰਦਰ ਸਿੰਘ ਆ, ਭਾਈ ਪਰਮਿੰਦਰ ਸਿੰਘ ਜੋ ਸਾਡਾ ਕਰਨਾਟਕ ਤੱਕ ਮੁਲਾਕਾਤਾਂ ਕਰਦਾ ਰਿਹਾ, ਇੱਥੇ ਅੰਮ੍ਰਿਤਸਰ ਵੀ ਮੁਲਾਕਾਤਾਂ ਕੀਤੀਆਂ ਨੇ, ਅਤੇ ਹੁਣ ਆ ਪਰੋਲ ਜਿਹੜੀ ਹੋਈ 28 ਦਿਨ ਦੀ ਇਹਦੇ ਵਿੱਚ ਵੀ ਇਹਨਾਂ ਪੂਰਾ ਆਪਣਾ ਸਹਿਯੋਗ ਕੀਤਾ, ਭੱਜ ਨੱਠ ਕੀਤੀ ਆ ਅਫਸਰਾਂ ਨੂੰ ਕੋਲ ਬੈਠ ਕੇ, ਅਤੇ ਵਿਸ਼ਵਾਸ ਦਵਾਇਆ ਕਿ ਸਾਡੀ ਗਰੰਟੀ ਆ ਭਾਈ ਗੁਰਦੀਪ ਸਿੰਘ ਸਾਡੇ ਤੋਂ ਕਿਤੇ ਬਾਹਰ ਨਹੀਂ ਜਾਏਗਾ, ਉਹ ਤੁਹਾਡਾ ਜੇਲ੍ਹ ਦੇ ਨਿਯਮਾਂ ਅਨੁਸਾਰ ਪੂਰਾ 28 ਦਿਨ ਦੀ ਛੁੱਟੀ ਭੁਗਤ ਕੇ ਆਪਣੇ ਮਾਂ ਪਿਤਾ ਦੀ ਸੇਵਾ ਕਰਕੇ ਵਾਪਸ ਤੁਹਾਡੇ ਕੋਲ ਆ ਕੇ ਸਰੈਂਡਰ ਕਰੇਗਾ। ਸੋ ਸਾਧ ਸੰਗਤ ਜੀ, ਮੈਂ ਬਹੁਤ ਖੁਸ਼ ਹਾਂ ਕਿ ਇਹਨਾਂ ਨੇ ਉਪਰਾਲਾ ਕੀਤਾ, ਉਪਰਾਲੇ ਸਦਕਾ ਅੱਜ ਮੈਂ ਮਾਤਾ ਪਿਤਾ ਦੇ ਕੋਲ ਆ ਕੇ ਬੈਠਾ ਇਹਨਾਂ ਦੀ ਸੇਵਾ ਕਰ ਪਾ ਰਿਹਾ ਵਾਂ। ਸੋ ਮਹਾਰਾਜ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ, ਇਹਨਾਂ ਦਾ ਵੀ ਹੋਰ ਬਾਕੀ ਸੰਗਤਾਂ ਜਿੰਨਾ ਜਿੰਨਾ ਵੀ ਸਾਨੂੰ ਇੱਥੇ ਲਿਆਉਣ ਦੇ ਵਿੱਚ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਉਣ ਦੇ ਵਿੱਚ ਹੋਰ ਛੁੱਟੀ ਵਿੱਚ ਵੀ ਜੋ ਜੋ ਵੀ ਯੋਗਦਾਨ ਪਾਇਆ ਵਾ, ਅਤੇ ਅਸੀਂ ਅੰਦਰ ਰਹਿੰਦਿਆਂ ਹੋਇਆ ਜੇ ਨਹੀਂ ਪਤਾ ਕਿਸੇ ਵੀਰ ਦਾ ਵੀ ਉਹ ਸਾਡੇ ਵਾਸਤੇ ਕੁਝ ਪੈਰਵਾਈ ਕਰ ਰਿਹਾ, ਕੋਸ਼ਿਸ਼ ਕਰ ਰਿਹਾ, ਅਤੇ ਸਾਨੂੰ ਨਹੀਂ ਪਤਾ, ਅਤੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ। ਕੋਈ ਵੀ ਵੀਰ ਗੁੱਸਾ ਨਾ ਕਰੇ, ਪਰ ਸਿੱਖ ਰਿਲੀਫ ਫੰਡ ਜਥੇਬੰਦੀ ਨੇ ਭਾਈ ਬਲਵੀਰ ਸਿੰਘ ਬੈਸ ਇੰਗਲੈਂਡ ਵਾਲੇ ਔਰ ਭਾਈ ਪਰਮਿੰਦਰ ਸਿੰਘ ਇੰਡੀਆ ਤੋਂ ਭਾਈ ਆਰ ਪੀ ਸਿੰਘ, ਇਹਨਾਂ ਨੇ ਪੂਰੀ ਕੋਸ਼ਿਸ਼ ਕਰਕੇ ਅਤੇ ਸਾਨੂੰ 28 ਦਿਨ ਦੀ ਛੁੱਟੀ ਦਵਾਈ ਆ। ਮੈਂ ਇਹਨਾਂ ਦਾ ਸਭ ਬਹੁਤ ਬਹੁਤ ਧੰਨਵਾਦੀ ਹਾਂ, ਅਤੇ ਮੈਂ ਵਾਅਦਾ ਕਰਦਾ ਇਹਨਾਂ ਨੂੰ ਮੈਂ ਯਕੀਨ ਦਵਾਉਣਾ, ਸਮੂਹ ਸੰਗਤ ਨੂੰ ਮੈਂ ਯਕੀਨ ਦਵਾਉਣਾ ਵੀ ਮੈਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰੂੰਗਾ ਵੀ ਸਿੱਖ ਕੌਮ ਦੀ ਆਣ ਅਤੇ ਸ਼ਾਨ ਦੇ ਕੋਈ ਫਰਕ ਪਵੇ, ਐਸਾ ਹੀ ਕੰਮ ਕਰੂੰਗਾ, ਵਿਸ਼ਵਾਸ ਬਹਾਲ ਕਰੂੰਗਾ ਜੇ ਇਹਨਾਂ ਸਿੱਖ ਕੌਮ ਦੀ ਆਣ ਅਤੇ ਸ਼ਾਨ ਹੋਰ ਵੀ ਉੱਚੀ ਹੋਵੇ, ਸਿੱਖਾਂ 'ਤੇ ਪ੍ਰਸ਼ਾਸਨ ਵੀ ਵਿਸ਼ਵਾਸ ਕਰੇ ਔਰ ਦੇਸ਼ ਦੀਆਂ ਸਰਕਾਰਾਂ ਵੀ ਸਿੱਖਾਂ 'ਤੇ ਵਿਸ਼ਵਾਸ ਕਰਨ, ਮੈਂ ਇਹੀ ਚਾਹੂੰਗਾ, ਐਸਾ ਹੀ ਆਪਣਾ ਜੀਵਨ ਬਤੀਤ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।